ਵੀ ਲਾਉਣੇ ਪੈ ਰਹੇ ਨੇ ਤਾਂ ਤੇਰੇ ਕੋਲ ਵਾਜਬ ਕਿਵੇਂ ਨੇ ਇਹ ਗੈਰ ਕਿਵੇਂ ਨੇ ਇਹਨਾਂ ਨੂੰ ਰਪੀਲ ਨਾ ਕਰ ਇਹਨਾਂ ਨੂੰ ਖੁੱਲੇ ਚ ਪਾ ਦੇ ਇਹਨਾਂ ਨੂੰ ਖੂਕ ਦੇ ਪਾੜ ਦੇ ਆ ਕਹਿੰਦੇ ਅਸੀਂ ਅਸੀਂ ਛੱਡ ਦਿੰਦੇ ਹਾਂ ਤੈਨੂੰ ਜੇ ਇਸ ਗੱਲ ਤੇ ਰੌਲਾ ਵੀ ਰੱਦ ਸ਼ਬਦ ਨਾ ਕਹੋ ਮੇਰੀ ਬੇਇੱਜ਼ਤੀ ਹੁੰਦੀ ਹੈ ਸਰਕਾਰ ਦੇ ਨੱਕ ਦਾ ਸਵਾਲ ਹੈ ਰੱਦ ਸ਼ਬਦ ਨਾ ਕਹੋ ਵੋਟ ਕਰਵਾ ਲਓ ਸਾਲ ਵਾਸਤੇ ਕਰਾ ਲਓ ਡੇਢ ਸਾਲ ਵਾਸਤੇ ਕਰਾ ਲਓ ਦੋ ਸਾਲ ਵਾਸਤੇ ਕਰਾ ਲਓ ਢਾਈ ਸਾਲ ਵਾਸਤੇ ਕਰਾ ਲਓ ਹੁਣ ਤਾਂ ਇੱਥੇ ਦੀ ਵੀ ਗੱਲ ਪੂਰੀ ਮਿਲਦੀ ਹੈ ਵੀ ਜਿੰਨਾ ਚਿਰ ਬੀਜੇਪੀ ਦੀ ਹਕੂਮਤ ਰਹੂਗੀ ਉਹਨਾਂ ਚਿਰ ਵਾਸਤੇ ਹੋਲਡ ਕਰਵਾ ਲਓ ਆਹ ਕਹਿੰਦਾ ਜੇ ਬੀਜੇਪੀ ਦੀ ਕਾਨੂੰਨ ਰਹਿਣ ਤੱਕ ਹੋਲਡ ਤੁਸੀਂ ਲਾਗੂ ਨਹੀਂ ਹੁੰਦੇ ਕਾਨੂੰਨ ਤਾਂ ਫਿਰ ਡਰ ਕਿਹੜੀ ਗੱਲ ਦਾ ਭਰਾਵਾ ਡਰ ਕਿਹਦਾ ਡਰ ਹੈ ਅਡਾਨੀਆਂ ਅਵਾਨੀਆਂ ਦਾ ਡਰ ਹੈ ਅਡਾਨੀਆਂ ਅਵਾਨੀਆਂ ਨੇ ਵੀ ਬਾਂਹ ਮਰੋੜੀ ਹੋਈ ਹੈ ਵਿਸ਼ਵ ਵਪਾਰ ਸੰਸਥਾ ਦੇ ਨੀਤੀਆਂ ਦਾ ਡਰ ਹੈ ਕੁਮਾਤਰੀ ਮੁਦਰਾ ਕੋਸ ਦਾ ਡਰ ਹੈ ਸੰਸਾਰ ਬੈਂਕ ਦੀਆਂ ਪਾਲਸੀਆਂ ਦਾ ਡਰ ਹੈ ਕਾਰਪੋਰੇਟ ਘਰਾਣਿਆਂ ਦੇ ਇਹਨਾਂ ਦੇ ਬਾਗੂਆਂ ਦਾ ਡਰ ਹੈ ਉਹਨਾਂ ਨੇ ਬਾਂਹ ਮਰੋੜੀ ਹੋਈ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੇ ਪਹਿਲੇ ਚਾਰ ਸਾਲਾਂ ਮੋਦੀ ਸਾਹਿਬ ਨੇ ਹਲੇ ਮੁਲਕਾਂ ਦੇ 41 ਦੌਰੇ ਕੀਤੇ 41 ਦੌਰੇ 41 ਦੌਰਿਆਂ ਦੇ ਵਿੱਚ ਅਡਾਨੀ ਦੇ ਅਵਾਨੀ ਦੇ ਨਾਲ ਜਾਂਦੇ ਰਹੇ ਨੇ 41 ਦੌਰਿਆਂ ਦੇ ਵਿੱਚ 18 ਸਮਝੌਤੇ ਅਡਾਨੀ ਦੇ ਅਵਾਨੀ ਨੇ ਆਪ ਕੀਤੇ ਨੇ 5 ਸਮਝੌਤੇ ਅਵਾਨੀ ਨੇ ਕੀਤੇ ਨੇ ਭਰਾਵੋ 13 ਸਮਝੌਤੇ ਅਡਾਨੀ ਨੇ ਕੀਤੇ ਨੇ ਅਡਾਨੀ ਨੂੰ ਦੇਸ਼ ਦੀ ਰਾਜ ਦੀ ਸੁਰੱਖਿਆ ਦਾ ਪਹਿਲੇ ਨੰਬਰ ਦਾ ਕਾਰਪੋਰੇਟ ਮੰਨਿਆ ਅਡਾਨੀ ਨੂੰ ਜਿਹਦੇ 2 ਕਿਲੋ ਗੋਦਾਮ ਖੁੱਲੇ ਹੋਏ ਨੇ 1 ਕਿਲੋ ਗੋਦਾਮ ਮੋਗੇ ਤੇ 2 ਲੱਖ ਟਨਾਂ ਦਾ ਸੰਭਾਲਦਾ ਇੱਕ ਹਰਿਆਣੇ ਟੈਂਕਰ ਦੇ ਵਿੱਚ ਬਣਿਆ ਕਿ 2022 ਤੱਕ ਅਡਾਨੀ ਨੇ ਕਹਿੰਦੇ 20 ਕਰੋੜ ਮੀਟ੍ਰਿਕ ਟਨ ਅਨਾਜ ਸਾਂਭਰ ਦੇ ਗੋਦਾਮ ਬਣਾ ਦੇਣੇ ਨੇ ਉਧਰ ਤਾਂ ਅਡਾਨੀ ਗੋਦਾਮ ਬਣਾਉਣ ਲੱਗ ਰਿਹਾ ਮੋਦੀ ਕਾਨੂੰਨ ਬਣਾਉਣ ਲੱਗ ਰਿਹਾ ਕਿ ਜਿੰਨਾ ਮਰਜ਼ੀ ਅਨਾਜ ਖਰੀਦੋ ਜਿੰਨਾ ਮਰਜ਼ੀ ਸਾਂਭੋ ਜਦੋਂ ਉਹਦੀ ਜਿਹੜਾ ਕਮਿਟਮੈਂਟ ਹੋਈ ਹੈ ਕਿ ਇੰਨੇ ਗੋਦਾਮ ਬਣਾ ਲੈ ਤਾਂ ਦੱਸੋ ਮੋਦੀ ਕਿਹੜੇ ਮੂੰਹ ਨਾਲ ਕਾਨੂੰਨ ਰੱਦ ਕਰ ਦੇਵੇ ਤੁਹਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਬਾਹ ਉਧਰੋਂ ਮਰੋੜੀ ਹੋਈ ਹੈ ਅਡਾਨੀ ਨਾਲੋਂ ਜਾਰੀ ਟੁੱਟਦੀ ਹੈ ਹੁਣ ਸਵਾਲ ਇਹ ਹੈ ਕਿ ਜਾਰੀ ਅਡਾਨੀ ਨਾਲ ਰੱਖੇ ਕਿ ਲਿਹਾਜ ਲੋਕਾਂ ਨਾਲ ਰੱਖੇ ਜੇ ਅਡਾਨੀ ਨਾਲ ਜਾਰੀ ਰੱਖਦਾ ਹੈ ਤਾਂ ਲੋਕ ਵਿਗੜਦੇ ਨੇ ਜੇ ਲੋਕ ਵਿਗੜਦੇ ਨੇ ਤਾਂ ਦੁਨੀਆ 'ਚ ਗੱਲ ਜਾਂਦੀ ਹੈ ਜੇ ਦੁਨੀਆ 'ਚ ਗੱਲ ਜਾਂਦੀ ਹੈ ਜਾਂ 86 ਨੁਕਸਾਨ ਹੁੰਦਾ ਹੈ ਜੇ 86 ਨੁਕਸਾਨ ਹੁੰਦਾ ਹੈ ਤਾਂ ਕੁਰਸੀ ਜਾਂਦੀ ਹੈ ਕੁਰਸੀ ਇਹ ਰੌਲਾ ਕੁਰਸੀ ਦਾ ਹੈ ਹੁਣ ਫੈਸਲਾ ਭਰਾਵੋ ਤੁਸੀਂ ਨੇ ਕਰਨਾ ਹੈ ਦੇਸ਼ ਮੋਦੀ ਦੀ ਕੁਰਸੀ ਦੀ ਮਿੱਟੀ ਕਦੋਂ ਖਿੱਚਣੀ ਹੈ ਤੇ ਕਦੋਂ ਢੋਣੀ ਹੈ ਮਨ ਢਹਿ ਗਿਆ ਭਰਾਵੋ ਅਜੇ ਚਿੱਤ ਨਹੀਂ ਹੋਇਆ ਮੰਨਣ ਬਣਾਉਣ ਦਾ ਰੌਲਾ ਹੈ ਹੋਰ ਨੀ ਕੋਈ ਰੌਲਾ ਰਿਹਾ ਮੋਢਾ ਧੋਣ ਤੇ ਧਰਿਆ ਹੋਇਆ ਮੋਦੀ ਦੇ ਜਦੋਂ ਕਹਿਤਾ ਛੱਡ ਦਿਓ ਉਦੋਂ ਛੱਡ ਦਿਆਂਗੇ ਇਸ ਕਰਕੇ ਪਰਵਾਹ ਨਾ ਕਰੋ ਪਰਵਾਹ ਤੁਹਾਡੇ ਕੋਲੇ ਮਾਂ ਆਉਂਦੀਆਂ ਹੋਣੀਆਂ ਕਿ ਮੋਰਚੇ ਦੇ ਵਿੱਚੋਂ ਗਿਣਤੀ ਕੱਢੀ ਜਾਂਦੀ ਹੈ ਕੋਈ ਗਿਣਤੀ ਗੁਣਤੀ ਨਹੀਂ ਕੱਢੀ ਜੇ ਗਿਣਤੀ ਕੱਢੀ ਹੋਈ ਹੈ ਤਾਂ ਸਿਰਫ ਉਹਨਾਂ ਤਮਾਸ਼ੇ ਵਾਲੇ ਲੋਕਾਂ ਦੀ ਗਿਣਤੀ ਕੱਢੀ ਹੋਈ ਹੈ ਜਿਹੜੇ ਮੇਲਾ ਦੇਖਣ ਜਾਂਦੇ ਨੇ ਉੱਥੇ ਪੱਕਾ ਪਿੰਡ ਬੈਠਾ ਜਮ ਕੇ ਬੈਠਾ ਰੈਲੀਆਂ ਹੁੰਦੀਆਂ ਨੇ ਮੀਟਿੰਗਾਂ ਹੁੰਦੀਆਂ ਨੇ ਸਟੇਜਾਂ ਚੱਲਦੀਆਂ ਨੇ ਕੋਈ ਗਿਣਤੀ ਗੁਣਤੀ ਨਹੀਂ ਕੱਢੀ ਸਾਰੇ ਟਾਈਮ ਵੱਡੀਆਂ ਵੱਡੀਆਂ ਪੰਚਾਇਤਾਂ ਸਾਰੇ ਦੇਸ਼ ਚ ਹੋ ਰਹੀਆਂ ਨੇ ਵੱਡਾ ਹੰਗਾਰਾ ਦੇਸ਼ ਤੋਂ ਮਿਲ ਰਿਹਾ ਤੁਸੀਂ ਤਕੜੇ ਰਹੋ ਸਾਡੀ ਪਿੱਠ ਤੇ ਰਹੋ ਅਸੀਂ ਜਿੱਤ ਕੇ ਬੁਲਾਵੇ ਦਿੱਲੀ ਚੋਂ ਭਰਾਵੋ ਜਿੱਤ ਕੇ ਬੁਲਾਵੇ ਇੱਕ ਸਵਾਲ ਆਇਆ ਕਹਿੰਦੇ ਲੁੱਡੂ ਮਾਨਸਾ ਦੀ ਫੋਟੋ ਲਾ ਦੀ ਫੋਟੋ ਕਹਿੰਦੇ 1700 ਵੋਟਾਂ ਦਾ ਨਾਂ ਹੋਰ ਦੇਤਾ ਉਹ ਲੁੱਡੂ ਮਾਨਸਾ ਦੀਆਂ ਫੋਟੋਆਂ ਤੁਹਾਨੂੰ ਅੱਧੇ ਮਿਲੀਆਂ ਨੇ ਆ ਦੇਖ ਲਿਆ ਬੈਠਾ ਲੁੱਡੂ ਮਾਨਸਾ ਓਏ ਇੱਥੇ ਬੈਠਾ ਚੰਡੀਗੜ੍ਹ ਦੀ ਪੁਲਿਸ ਹੋਰ ਬੈਠੀ ਹੋਣੀ ਆ ਜੋ ਹੱਥ ਲਾ ਕੇ ਲਗਾਓ ਲੁੱਡੂ ਮਾਨਸਾ ਨੂੰ ਸਾਨੂੰ ਪਤਾ ਤੁਹਾਡੇ ਪਰਚਿਆਂ ਚ ਕਿੰਨਾ ਦਮ ਹੈ ਤੁਹਾਡੇ ਚ ਕਿੰਨਾ ਦਮ ਹੈ ਸਾਨੂੰ ਪਤਾ
ਤੁਸੀਂ ਫੜਕੇ ਦਾ ਲਿਖਾਇਓ ਕਿਸੇ ਨੂੰ ਸੈਂਤੀ ਲੀਡਰਾਂ ਦੇ 307 ਪੇਪਰ ਕਿਹੜੇ ਸੈਂਤੀਆਂ ਦੇ ਕੋਈ ਫੜਕੇ ਇੱਕ ਨੂੰ ਲਿਖਾਓ ਤੁਸੀਂ ਸਾਰੇ ਪੰਜਾਬ ਦੇ ਵਿੱਚ ਘੂਟੇ ਉੱਠ ਜਾਣਗੇ ਪੰਜਾਬ ਦੇ ਵਿੱਚ ਲਹਿਰਾ ਉੱਠਣ ਗਿਆ ਇਹ ਲੋਕ ਸਾਹਮਣੇ ਨਹੀਂ ਜਾਣੇ ਇਸ ਕਰਕੇ ਭੈਣਾਂ ਤੇ ਭਰਾਵੋ ਫਿਕਰ ਨਾ ਕਰੋ ਲੜਾਈ ਪੀਚ ਪਿਆ ਹੈ ਜਿੱਤ ਬਹੁਤ ਨੇੜੇ ਹੈ ਜਿੱਤਾਂਗੇ ਤੁਸੀਂ ਇਸੇ ਤਰ੍ਹਾਂ ਸਾਡੀ ਪਿੱਠ ਟੱਪਦੇ ਰਹੋ ਨਾਰੇ ਮਾਰਦੇ ਆਵਾਂਗੇ ਮੋਦੀ ਹਕੂਮਤ ਚੈੱਕ ਕਰਕੇ ਆਵਾਂਗੇ ਧੰਨਵਾਦ।